And I'm glad to inform you that you are suspended with immediate effect. Good morning, sir. Hey, Kulle Shah, apne chacha ji. Tanu nazar nahi aa raha ki main dictation de raha hu? Bahar baitho. Chacha ji nu naal le jao. Sir, ek Kulle Shah publisher. Aur todi kitab chapange na? Tanu nazar nahi aa raha ki publisher aaye? Dictation baad ch bhi lai ja sakdi hai. Bahar baitho. Yes, sir. तीन कप चाय कह जाते हो? यस सर। ना इसको खाली चाह लो जरा लेके साड़ गया पैंदा। बैठो बैठो। अरे तुसी उधर इधर आओ, तुसी उधर बैठो जाके। इन्हें बारे तुसी कह रहे थे कि बड़े मशहूर पब्लिशर ने बहुत किताबें छापी हैं इन्होंने, पर मैनू तो कोई जंतरियां छापने वाले लग रहे। साडी ज्यादा महारत ते हड़तालां दे पोस्टर छापन दी है। हड़तालों के पोस्टर पिछले महीने तुहाडे महकमे च हड़ताल हुई सी ना, यूनियन ने तुहाडे पोस्टर छपाए सी एस एस सिद्धू हाय हाय, ये साडी प्रेस ते छपे सी। चाचा जी तुसी किताबां दी गल करो, पोस्टर तो इन्हां दे खिलाफ छपदे ही रहिंदे। दरअसल असी मशहूर मशहूर कवियां दीआं कविताएं ही छापदे आ। ओहो की गल कीती चाचा जी, ਜਦੋਂ ਤੁਸੀਂ ਇਹਨਾਂ ਦੀ ਕਿਤਾਬ ਛਾਪ ਦਿਓਗੇ ਤੇ ਇਹ ਮਸ਼ਹੂਰ ਤਾਂ ਆਪੇ ਹੋ ਜਾਣਗੇ ਨਾ। ਇਹ ਵੀ ਠੀਕ ਹੈ। ਇੱਕ ਮੁਖੜਾ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ। ਜਾਂ ਸ਼ੇਅਰ ਕਹੋ ਜਾਂ ਮੁਖੜਾ ਕਹੋ। ਆਈ ਮੀਨ ਇੱਕ ਮੁਖੜਾ ਸਾਂਝਾ ਕਰ ਰਿਹਾ, ਮੁਖੜਾ ਸੁਣਾ ਰਿਹਾ ਤੁਹਾਨੂੰ। ਫਾਈਲ ਕਾਗਜ਼ਾਂ ਨੂੰ ਕਹਿ ਰਹੀ ਹੈ। ਮੰਗਤ ਰਾਏ ਜੀ ਤੁਸੀਂ ਵੀ ਸੁਣਨਾ, ਜ਼ਰਾ ਸੁਣਨ ਵਾਲੀ ਚੀਜ਼ ਹੈ। ਮੈਂ ਕਦੋਂ ਦੀ ਅਣਜਾਣ ਫਾਈਲਾਂ ਦੇ ਥੱਲੇ ਲੁਕੀ ਬੈਠੀ ਹਾਂ। ਮੈਂ ਕਦੋਂ ਦੀ ਅਣਜਾਣ ਫਾਈਲਾਂ ਦੇ ਥੱਲੇ ਲੁਕੀ ਬੈਠੀ ਹਾਂ, ਸਰਕਾਰੀ ਫੈਸਲਿਆਂ ਦੇ ਵਾਂਗੂ ਰੁਕੀ ਬੈਠੀ ਹਾਂ। ਕੀ ਬਾਤ ਹੈ ਸਰ, ਕੀ ਸ਼ੇਰ ਹੈ, ਕੀ ਬਾਤ ਹੈ। ਤੁਸੀਂ ਵੀ ਦੱਸ ਦਿਓ ਜੀ ਇਹ ਕੀ ਸੋਚ ਰਹੇ ਹੋ। ਮੈਂ ਸੋਚ ਰਿਹਾ ਇਹ ਤੁਹਾਡੀ ਸਰਕਾਰੀ ਪੋਇਟਰੀ ਨਾਲ ਮੇਰੀ ਪ੍ਰਿੰਟਿੰਗ ਪ੍ਰੈਸ ਹੀ ਨਾ ਖਰਾਬ ਹੋ ਜਾਏ। ਕੀ ਗੱਲ ਪੇ ਕਰਦੇ ਹੋ ਚਾਚਾ ਜੀ, ਹੈ ਇਹ ਤਾਂ ਐਡੇ ਵੱਡੇ ਅਫਸਰ ਨੇ, ਇਹਨਾਂ ਦੀ ਕਵਿਤਾਵਾਂ ਨਾਲ ਤੇ ਮਸ਼ੀਨਾਂ ਦੀ ਐਕਸਾਈਜ਼ ਵੀ ਮਾਫ ਹੋ ਜਾਂਦੀ ਹੈ। ਐਕਸਾਈਜ਼? ਵਾਹ ਵਾਹ, ਬਹੁਤ ਖੂਬ। ਇੱਕ ਵਾਰੀ ਦੁਬਾਰਾ ਕਹੋ ਜੀ। ਲਓ ਜੀ, ਕਵੀ ਕਹਿੰਦਾ ਹੈ। ਕਿਹੜਾ ਕਵੀ ਕਹਿੰਦਾ? ਮੈਂ ਕਹਿੰਦਾ ਜੀ। ਫਿਰ ਆਪਣਾ ਨਾਂ ਲਵੋ ਨਾ, ਜੇ ਕਿਸੇ ਹੋਰ ਦਾ ਨਾਂ ਛਪ ਗਿਆ ਤੇ ਮਿਹਨਤ ਸਾਰੀ ਬਰਬਾਦ ਹੋ ਜਾਏਗੀ। ਮੈਂ ਕਹਿੰਦਾ ਜੀ, ਕਈ ਸਾਲਾਂ ਤੋਂ ਅਣਜਾਣ ਫਾਈਲਾਂ ਦੇ ਥੱਲੇ ਮੈਂ ਲੁਕੀ ਬੈਠੀ ਹਾਂ। ਕਿਸ ਚੂਹੀ ਦੀ ਗੱਲ ਕਰ ਰਹੇ ਹੋ? ਚੂਹੀ ਦੀ ਗੱਲ ਨਹੀਂ ਕਰ ਰਿਹਾ ਜੀ, ਚੰਗੀ ਤਰ੍ਹਾਂ ਸੁਣੋ। ਕਈ ਸਾਲਾਂ ਤੋਂ ਅਣਜਾਣ ਫਾਈਲਾਂ ਦੇ ਥੱਲੇ ਮੈਂ ਲੁਕੀ ਬੈਠੀ ਹਾਂ। ਸਰ ਇਹਨਾਂ ਫਾਈਲਾਂ ਦੇ ਵਿੱਚ ਮੇਰੀ ਵੀ ਫਾਈਲ ਸ਼ਾਇਦ ਹੋਵੇ, ਮੈਨੂੰ ਬਹਾਲ ਕਰ ਦਿਓ ਛੇਤੀ ਪਲੀਜ਼। ਆਈ ਐਮ ਟ੍ਰਾਇੰਗ ਫੋਰ ਦੈਟ, ਮੈਂ ਤੁਹਾਡਾ ਕੇਸ ਥੱਲੇ ਮੰਗਵਾਇਆ ਔਰ ਹੋਪਫੁਲੀ ਤੁਹਾਡੀ ਬਹਾਲੀ ਹੋ ਜਾਏਗੀ। ਸਰ ਜੀਜਾ ਜੀ ਨੂੰ ਕਹਿਣ ਦੀ ਲੋੜ ਤਾਂ ਨਹੀਂ, ਉਹ ਆਪਣੇ ਬੰਦੇ ਨੇ। ਨੋ ਨੋ, ਹੁਣ ਤੁਸੀਂ ਅਗਲੇ ਹਫ਼ਤੇ ਕੁੱਲੇ ਸ਼ਾਹ ਜੀ ਨੂੰ ਲੈ ਕੇ ਤਾਂ ਆਉਣਾ ਹੀ ਹੈ, ਨਾਲੇ ਹੁਣ ਤਾਂ ਸਾਡੀ ਸਾਥਿਕ ਸਾਂਝ ਹੋ ਗਈ ਹੈ।